ਸੰਤ ਬਾਬਾ ਜਗਰੂਪ ਸਿੰਘ ਜੀ ਬੇਗਮਪੁਰਾ ਭੋਰਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਮਾਸਟਰ ਗਿਆਨ ਸਿੰਘ ਜੀ ਦੀ ਯਾਦ ਵਿੱਚ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਅਤੇ ਆਪਰੇਸ਼ਨ ਕੈਂਪ ਮਿਤੀ 21 ਅਪ੍ਰੈਲ 2019 ਦਿਨ ਐਤਵਾਰ ਨੂੰ ਵੱਡਾ ਗੁਰਦੁਆਰਾ ਸਿੰਘ ਸਭਾ ਗੁੜੇ ਵਿਖੇ ਬੜੀ ਹੀ ਸ਼ਰਧਾ ਨਾਲ ਲਗਾਇਆ ਗਿਆ। ਇਸ ਮੌਕੇ ਦੂਰੋਂ ਦੂਰੋਂ ਮਰੀਜ਼ ਪਹੁੰਚੇ ਜਿਨ੍ਹਾਂ ਨੇ ਇਸ ਕੈਂਪ ਦਾ ਵਧੇਰੇ ਤੌਰ 'ਤੇ ਲਾਹਾ ਲਿਆ। ਵੱਲੋਂ ਆਲ ਫਰੈਂਡਸ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰ, ਸਾਡੀ ਟੀਮ ਨੇ ਇਸ ਦਾ ਦੌਰਾ ਕੀਤਾ। ਪੇਸ਼ ਹੈ ਇੱਕ ਰਿਪੋਰਟ। ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਮੁਕਰਾਵਣ, ਹਰ ਕੰਮ ਮੁਕਰਾਵਣ ਆਇਆ ਰਾਮ, ਸੰਤਾਂ ਕੇ ਕਾਰਜ ਆਪ ਸੰਤਾਂ ਕੇ ਕਾਰਜ ਆਪ ਖਲੋਇਆ। ਤਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਤਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਹਰ ਕੰਮ ਮੁਕਰਾਵਣ, ਹਰ ਕੰਮ ਮੁਕਰਾਵਣ ਆਇਆ ਰਾਮ, ਸੰਤਾਂ ਕੇ ਕਾਰ, ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਹਰ ਕੰਮ। ਸਾਡੇ ਫਾਦਰ ਇਨ ਲਾਅ ਸਾਹਿਬ ਮਾਸਟਰ ਗਿਆਨ ਸਿੰਘ ਜੀ, ਸਾਡੇ ਫਾਦਰ ਇਨ ਲਾਅ ਮਾਸਟਰ ਗਿਆਨ ਸਿੰਘ ਜੀ, ਉਹਨਾਂ ਦੀ ਯਾਦ ਦੇ ਵਿੱਚ ਪਹਿਲੀ ਵਰਸੀ ਦੇ ਇਹ ਕੈਂਪ ਅਰੇਂਜਮੈਂਟ ਕੀਤਾ। ਅਤੇ ਜਿੰਨੀ ਲੱਗਦਾ ਸੀਗਾ ਆਸ ਤੋਂ ਜ਼ਿਆਦਾ ਇਕੱਠ ਹੋਇਆ, ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ। ਮਤਲਬ ਜਿਹੜੀਆਂ ਮੇਨ ਆਪਣੀਆਂ ਅੱਖਾਂ ਚੈੱਕ ਜੋ ਵੀ ਚੈੱਕਅਪ ਜਾਣ ਦੇ ਬਾਰੇ ਕਰਵਾਉਂਦਾ, ਅਤੇ ਬੜੀ ਖੁਸ਼ੀ ਆ ਵੀ ਇੱਥੇ ਕਾਫੀ ਤਾਦਾਦ ਦੇ ਵਿੱਚ ਲੋਕ ਆਏ ਆ ਇਹ ਚੈੱਕ ਕਰਵਾਉਣ। ਕਈ ਇਹੋ ਜਿਹੇ ਕੈਂਪ ਜਾਂ ਲੋਕ ਭਲਾਈ ਦੇ ਕੰਮ ਜਦੋਂ ਆਪਾਂ ਕਰਦੇ ਹਾਂ ਤਾਂ ਲੋਕਾਂ ਦੇ ਵਿੱਚ ਬੜੀ ਉਤਸ਼ਾਹ ਆਉਂਦਾ, ਅਤੇ ਸਾਰਿਆਂ ਨੂੰ ਚਾਹੀਦਾ ਹੈਗਾ ਥੋੜ੍ਹਾ ਥੋੜ੍ਹਾ ਕਰਕੇ ਲੋਕਾਂ ਦਾ, ਗਰੀਬਾਂ ਦੀ ਸਾਡੇ ਉਹਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਜਿਵੇਂ ਵੀ ਕੈਂਪ ਲਗਾ ਕੇ ਕੁੜੀਆਂ ਦੇ ਵਿਆਹ ਕਰਵਾ ਕੇ ਜਾਣ, ਜਿਵੇਂ ਵੀ ਹੈ ਲੋਕਾਂ ਨੂੰ ਚਾਹੀਦਾ ਹੈਗਾ ਅੱਗੇ ਆਉਣਾ ਚਾਹੀਦਾ। ਦੇਖੋ ਨਵੀਂ ਜਨਰੇਸ਼ਨ ਹੈਗੀ ਆ, ਕਈ ਕੈਂਪ ਅਰੇਂਜ ਕਰਦੇ ਨੇ, ਕਈ ਕੁੜੀਆਂ ਦੇ ਵਿਆਹ ਕਰਦੇ ਨੇ, ਕਈ ਜਿਵੇਂ ਪਿੰਗਲਵਾੜਾ ਹੈਗਾ ਉੱਥੇ ਜਾ ਕੇ ਦਾਨ ਵਗੈਰਾ ਕਰਦੇ ਆ। ਸਮਝ ਇਹ ਬਲਕਿ ਜਿਹੜੀਆਂ ਇਮਾਰਤਾਂ ਦੇ ਪੈਸੇ ਲਾਉਣ ਨਾਲੋਂ ਜ਼ਿਆਦਾ ਲੋਕ ਭਲਾਈ ਦੇ ਕੰਮ ਇਸ ਤਰ੍ਹਾਂ ਕਰਨੇ ਚਾਹੀਦੇ। ਗਿਆਨ ਸਿੰਘ ਜੀ ਦੀ ਯਾਦ ਵਿੱਚ ਅਸੀਂ ਪਹਿਲੀ ਵਾਰੀ 'ਤੇ ਕੈਂਪ ਲਗਾ ਰਹੇ ਹਾਂ। ਇਹ ਕੈਂਪ ਬਾਬਾ ਜਗਰੂਪ ਸਿੰਘ ਜੀ ਭੋਰਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਲੱਗਦਾ। ਆਲ ਫਰੈਂਡਸ ਸਪੋਰਟਸ ਐਂਡ ਵੈਲਫੇਅਰ ਕਲੱਬ ਸਦਾ ਹੀ ਇਹੋ ਜਿਹੇ ਕੰਮਾਂ ਦੇ ਵਿੱਚ ਮੋਹਰੀ ਰਿਹਾ। ਇੱਥੇ ਇਹ 8ਵਾਂ ਕੈਂਪ ਉਹਦਾ ਵੱਲੋਂ ਲਗਾਇਆ ਜਾ ਰਿਹਾ ਹੈ। ਉੱਥੇ ਅਸੀਂ ਹਰੇਕ ਮਹੀਨੇ ਸਿਵਲ ਹਸਪਤਾਲ ਦੀ ਡਿਮਾਂਡ ਦੇ ਅਨੁਸਾਰ ਉਹਨਾਂ ਨੂੰ ਦਵਾਈਆਂ ਵੀ ਦੇ ਰਹੇ ਹਾਂ, ਅਤੇ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਹੋਰ ਵੀ ਲੋਕ ਭਲਾਈ ਦੇ ਕੰਮ ਕਰਦੇ ਹਾਂ। ਅਤੇ ਅਸੀਂ ਆਸ ਕਰਦੇ ਹਾਂ ਵੀ ਬਾਬਾ ਜੀ ਸਾਡੇ 'ਤੇ ਐਂ ਹੀ ਕਿਰਪਾ ਰੱਖਣਗੇ ਅਤੇ ਐਂ ਹੀ ਸਾਡੇ ਤੋਂ ਲੋਕ ਭਲਾਈ ਦੇ ਕੰਮ ਕਰਵਾਉਂਦੇ ਰਹਿਣ। ਬਹੁਤ ਵਧੀਆ ਗੱਲ ਆ, ਸਾਰਿਆਂ ਨੂੰ ਇਹੋ ਜਿਹੇ ਜਿਹੜੇ ਕਰਦੇ ਕਰਦੇ ਰਹਿਣਾ ਚਾਹੀਦਾ। ਜਿਹੜੀ ਸੁਵਿਧਾ ਜੇ ਚੰਗੇ ਕੰਮ ਹੋਣਗੇ ਉਹਨਾਂ ਦੇ ਵਿੱਚ ਜਿਹੜੀ ਪੋਜ਼ੀਟਿਵ ਐਨਰਜੀ ਆਏਗੀ, ਅਤੇ ਜਿਹੜੇ ਵਿਹਲਾ ਬੰਦਾ ਮਨ ਸ਼ਤਾਨ ਦਾ ਘਰ ਹੁੰਦਾ ਉਹ ਦੂਰ ਹੋਊਗਾ। ਪਰਮਾਤਮਾ ਉਹਦੇ ਦੁਆ ਕਰਦਾ ਵੀ ਸਾਰੇ ਇਹ ਚੰਗੇ ਕੰਮ ਕਰਨ, ਲੋਕ ਭਾਈ ਦੇ ਕੰਮ ਕਰਨ, ਜਿਹਦੇ ਨਾਲ ਆਪਸ ਦੇ ਵਿੱਚ ਪਿਆਰ ਵੀ ਵੱਧਦਾ ਅਤੇ ਹੋਰ ਵੀ ਇਹ ਜਿਹੜੇ ਸਮਾਜ ਦੇ ਕੰਮ ਹੁੰਦੇ ਆ ਉਹ ਵਧੀਆ ਹੁੰਦੇ ਆ। ਮਾਸਟਰ ਗਿਆਨ ਸਿੰਘ ਦੀ ਯਾਦ ਵਿੱਚ ਲਗਾਇਆ ਗਿਆ ਅੱਖਾਂ ਦਾ ਕੈਂਪ, ਜੋ ਕਿ ਬਾਬਾ ਜੀਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਸ਼ੰਕਰਾ ਹੋਸਪਿਟਲ ਵੱਲੋਂ ਲਗਾਇਆ ਗਿਆ। ਅਸੀਂ ਸਾਰੇ ਬੁੜੇ ਨਿਵਾਸੀਆਂ ਦਾ ਔਰ ਸਾਰੇ ਪਰਿਵਾਰ ਦਾ ਮਾਸਟਰ ਗਿਆਨ ਸਿੰਘ ਜੀ ਵੱਲੋਂ, ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਵੀ ਸਾਡੀ ਕਲੱਬ ਆਲ ਫਰੈਂਡਸ ਐਂਡ ਸਪੋਰਟਸ ਵੈਲਫੇਅਰ ਕਲੱਬ ਦੀ ਰਹਿਨੁਮਾਈ ਹੇਠ ਇਹ ਕੈਂਪ ਆਯੋਜਿਤ ਕੀਤਾ। ਅਸੀਂ ਸਾਰੇ ਵੀਰਾਂ ਦਾ, ਸਹਿਯੋਗੀਆਂ ਦਾ
ਤੇ ਆਉਣ ਵਾਲੇ ਇੱਥੇ ਪਤਵੰਤਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ, ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਔਰ ਪਰਮਾਤਮਾ ਸਾਨੂੰ ਆਈ ਬਲ ਬਖਸ਼ੇ ਹੋਰ ਵੀ ਸਮਾਜ ਸੇਵੀ ਅਸੀਂ ਕੰਮ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਔਰ ਪਿੰਡ ਵਾਲੇ ਵੀ ਜਿਹੜੇ ਲੱਗੇ ਹੋਏ ਸੇਵਾ ਦੇ ਵਿੱਚ ਉਸ ਦਿਨ ਦੇ, ਉਹਨਾਂ ਨੂੰ ਅਸੀਂ ਬੜੀ ਖੁਸ਼ੀ, ਜਿੱਦਾਂ ਕੋਈ ਵਿਆਹ ਹੋਵੇ ਵੀ ਇਸ ਪਿੰਡ ਸਾਡੇ ਪਿੰਡ ਦੇ ਵਿੱਚ ਕੈਂਪ ਲੱਗਣਾ ਆਉਣਾ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਆਪਣੀ ਟੈਲੀਫੋਨ ਸੇਵਾ ਜਿਹੜੀ ਕਰੀ? ਨਹੀਂ, ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਟੈਲੀਫੋਨ ਨਾਲ, ਉਹਨਾਂ ਦੇ ਸਹਿਯੋਗ ਨਾਲ ਹੀ ਐਡਾ ਵੱਡਾ ਜਿਹੜਾ ਕੰਮ ਸਿਰੇ ਚੜ੍ਹਦਾ। ਨਹੀਂ ਤਾਂ ਇਕੱਲਾ ਬੰਦਾ ਤਾਂ ਕੋਈ ਵੀ ਨਹੀਂ ਇੰਨੇ ਵੱਡੇ ਪ੍ਰਬੰਧ ਕਰ ਸਕਦਾ, ਅਤੇ ਨਾ ਹੀ ਇੱਕ ਬੰਦਾ ਐਡੇ ਉਚੇਚੇ ਤੌਰ 'ਤੇ ਇਹੋ ਜਿਹੇ ਕੰਮ ਲਾ ਸਕਦਾ। ਸਾਰਿਆਂ ਦੇ ਸਹਿਯੋਗ ਨਾਲ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਪੂਰਾ ਸਿਰੇ ਚੜ੍ਹਿਆ। ਧੰਨਵਾਦ। ਔਰ ਗੁਰਪ੍ਰੀਤ ਮਨੀਲਾ ਜੀ, ਜਿਨ੍ਹਾਂ ਨੇ ਅੱਜ ਆ ਕੇ ਆਪਣੇ ਕਰ ਕਮਲਾਂ ਦੇ ਨਾਲ ਉਦਘਾਟਨ ਕੀਤਾ। ਅਸੀਂ ਗੁਰਪ੍ਰੀਤ ਮਨੀਲਾ ਜੀ ਦੇ ਵੀ ਬਹੁਤ ਧੰਨਵਾਦੀ ਹਾਂ। ਇਹ ਵੀ ਬੜੇ ਤਨੋ ਮਨੋ ਧਨੋ ਸਾਡੀ ਬਹੁਤ ਸੇਵਾ ਕਰਦੇ ਰਹਿੰਦੇ ਆ। 51,000 ਰੁਪਈਆ ਇਹਨਾਂ ਨੇ, ਅਸੀਂ ਜਿਹੜਾ ਟੂਰਨਾਮੈਂਟ ਕਰਾਉਂਦੇ ਹਾਂ ਸਾਨੂੰ ਸਹਿਯੋਗ ਦਿੱਤਾ ਸੀ। ਅਸੀਂ ਵੀ ਅੱਜ ਇਹਨਾਂ ਨੂੰ ਇੱਥੇ ਚੇਚੇ ਤੌਰ 'ਤੇ ਮਾਨ ਸਨਮਾਨ ਦੇਣ ਵਾਸਤੇ ਇੱਥੇ ਸੱਦਿਆ, ਇਹਨਾਂ ਨੇ ਉਦਘਾਟਨ ਕੀਤਾ ਕੈਂਪ ਦਾ, ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਸੰਤਾਂ ਕੇ ਕਾਰਜ ਆਪ ਖਲੋਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਮੁਕਰਾਵਣ, ਹਰ ਕੰਮ ਮੁਕਰਾਵਣ ਆਇਆ ਰਾਮ। ਸਾਧ ਸੰਗਤ ਜਾਂ ਉਸਦਾ ਪਰਿਵਾਰ ਉਹਨੂੰ ਬੁਲਾ
ਦਰਪਣ ਦੇ ਵਿੱਚ ਦਸਤਾਰ ਦੇ ਵਿੱਚ ਇਹ ਦੱਸਦਾ ਕਿ ਜੋ ਇਨਸਾਨ ਆਇਆ ਸੀ ਉਹਨੇ ਇਹ ਕਰਿਆ। ਜਿੱਥੇ ਤੱਕ ਬਚਪਨ ਦੇ ਵਿੱਚ ਕਿਉਂਕਿ ਸਾਡਾ ਮਕਾਨ ਵੀ ਬਹੁਤ ਨੇੜੇ ਆ ਮਾਸਟਰ ਜੀ ਦੇ ਤੇ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਜੋ ਆ ਗੱਲ ਗੁਰੂ ਘਰ ਦੀ ਲੱਗੀ ਆ ਮੈਂ ਸਮਝਦਾ ਕਿ ਇਹ ਵੀ ਉਹਨਾਂ ਦੀ ਇੱਕ ਵੱਡੀ ਸਾਨੂੰ ਦੇਣ ਸੀ ਕਿਉਂਕਿ ਉਹਨਾਂ ਨੇ ਟੀਚਰ ਹੋਣ ਦੇ ਨਾਤੇ ਇਸ ਗੁਰੂ ਘਰ ਦੇ ਵਿੱਚ ਕੀਰਤਨ ਕਰਨਾ ਬਾਣੀ ਪੜ੍ਹਨੀ ਪਾਠਾਂ ਦੇ ਵਿੱਚ ਮਦਦ ਕਰਾਉਣੀ ਇਹ ਇੱਕ ਸਮੁੱਚੇ ਲੰਗਰ ਦੇ ਵਿੱਚ ਉਹਨਾਂ ਦਾ ਟੀਚਾ ਸੀ। ਪੜ੍ਹਾਉਣ ਜਾਣ ਤੋਂ ਪਹਿਲਾਂ ਕੋਈ ਦਸਾਂ ਗੁਰੂਆਂ ਦੀ ਜੋਤ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਵੀ ਅੱਜ ਯਾਦ ਦੇ ਵਿੱਚ ਪਰਿਵਾਰ ਵੱਲੋਂ ਰੱਖੇ ਸ੍ਰੀ ਅਖੰਡ ਸਾਹਿਬ ਦੇ ਭੋਗ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਆਉਂਦਾ ਤਦੇ ਉਹਦੀ ਦੁਨੀਆਂ ਤੋਂ ਚਲਿਆ ਜਾਂਦਾ ਜੋ ਇਨਸਾਨ ਆਪਣੇ ਸਮਾਜ ਦੇ ਵਿੱਚ ਚਾਹੇ ਦੇਸ਼ ਲਈ ਚਾਹੇ ਨਗਰ ਲਈ ਚਾਹੇ ਸਮਾਜ ਲਈ ਕੁਛ ਕਰਕੇ ਜਾਂਦੇ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਵੀ ਬਹੁਤ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਸਾਡੇ ਮਾਸਟਰ ਜੀ ਸਰਦਾਰ ਗਿਆਨ ਸਿੰਘ ਜੀ ਜੋ ਕਿ ਬਹੁਤ ਹੀ ਨਿੱਘੇ ਸੁਭਾਅ ਦੇ ਗੁਰੂ ਘਰ ਦੇ ਨਾਲ ਜੁੜੇ ਹੋਏ ਮੇਰੇ ਤੋਂ ਪਹਿਲਾਂ ਸ਼੍ਰੀ ਸੇਖੀ ਸਾਹਿਬ ਨੇ ਸਾਰੀਆਂ ਜੋ ਉਹਨਾਂ ਦੇ ਵਿੱਚ ਗੱਲਾਂ ਦੱਸੀਆਂ ਕਿਉਂਕਿ ਆਪਾਂ ਸਾਰੇ ਹੀ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਇਸ ਲਈ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਸੀ। ਜਿੱਥੇ ਪਰਿਵਾਰ ਬਾਰੇ ਜਿੱਥੇ ਉਹਨਾਂ ਦੀਆਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਹੋਇਆ ਹੋਇਆ ਸਾਡੇ ਸਤਿਕਾਰਯੋਗ ਮਾਸੀ ਜੀ ਦੇ ਨਾਲ ਨੰਗਲ ਪਿੰਡ ਤੋਂ ਉਹਨਾਂ ਦੇ ਨਾਲ ਰਿਸ਼ਤਾ ਜੁੜਿਆ ਜੋ ਨੰਗਲ ਪਰਿਵਾਰ ਸੀ ਉਹਨਾਂ ਦਾ ਵੀ ਜੋ ਸਾਰੇ ਹੀ ਪੂਰੀ ਗਿਆਨੀ ਪਰਮਾਤਮਾ ਦਾ ਨਾਮ ਜਪਣ ਵਾਲੇ ਸਾਰੇ ਹੀ ਪਰਿਵਾਰ ਦੇ ਵਿੱਚ ਉੱਥੇ ਰਹਿੰਦੇ ਸੀ ਅਤੇ ਇਸ ਨਗਰ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਕੰਮ ਸਮਾਜਿਕ ਕੰਮ ਨਗਰ ਦੇ ਕੰਮ ਉਹਦੇ ਵਿੱਚ ਵੀ ਉਹ ਹਿੱਸਾ ਲੈਂਦੇ ਸੀ। ਸਭ ਤੋਂ ਵੱਡੀ ਗੱਲ ਉਹ ਕਦੇ ਕਦੇ ਵੀ ਬੋਲਦੇ ਨਹੀਂ ਸੀ ਜਦੋਂ ਵੀ ਕਿਸੇ ਰਿਸ਼ਤੇਦਾਰੀ ਦੇ ਰਾਹੀਂ ਘੰਟਾ ਕਰਨ ਗਏ ਸਵਾ ਘੰਟਾ ਕਰਨ ਅਤੇ ਬੀਬੀ ਜੀ ਇੱਥੇ ਬੈਠੇ ਰਹਿੰਦੇ ਸਾਨੂੰ ਐਡੀ ਲੰਬੀ ਹਾਜ਼ਰੀ ਨਾ ਦਿੰਦੇ ਸੀ ਜੇ ਕੋਈ ਸੇਵਾ ਕਰਦਾ ਸੇਵਾ ਕਰਨਾ ਨਹੀਂ ਕਰ ਸਕਦਾ ਜੇ ਪਰਿਵਾਰ ਉਹਦੀ ਮਦਦ ਕਰੂ ਤਾਂ ਸੇਵਾ ਦਾ ਪਰ ਸਾਡੇ ਕੋਲ ਨਾ ਹੀ ਉਹ ਘਾਟਾ ਜਿਹੜਾ ਉਸ ਪਿਤਾ ਦਾ ਜਾਂ ਮਾਤਾ ਦਾ ਪੈ ਜਾਂਦਾ ਉਹ ਪੂਰਾ ਹੁੰਦਾ ਪਰ ਇਹ ਜ਼ਰੂਰ ਆ ਕਿ ਉਹ ਬੱਚੀਆਂ ਉਹਨਾਂ ਦੀ ਉਸ ਯਾਦ ਨੂੰ ਜਿਹੜੀ ਆਪਾਂ ਅੱਜ ਤਾਜ਼ੀ ਕੀਤੀ ਆ ਮੈਂ ਕਿਰਪਾ ਕਰਦਾ ਕਿ ਪਰਮਾਤਮਾ ਇਹਨਾਂ ਬੱਚੀਆਂ 'ਤੇ ਇਸੇ ਤਰ੍ਹਾਂ ਹੀ ਹੱਥ ਰੱਖੇ ਕਿ ਉਹਨਾਂ ਦੀ ਜਿੰਨਾ ਚਿਰ ਵੀ ਇਹਨਾਂ ਦੀ ਜ਼ਿੰਦਗੀ ਆ ਉਹਨਾਂ ਚਿਰ ਮਾਸਟਰ ਜੀ ਨੂੰ ਯਾਦ ਰੱਖਿਆ ਜਾਵੇ ਕਿਉਂਕਿ ਪਰਿਵਾਰ ਤਾਂ ਹੀ ਚੱਲਦੇ ਆ ਜੇ ਆਪਾਂ ਪਿਛੋਕੜ ਨੂੰ ਯਾਦ ਰੱਖਦੇ ਹਾਂ। ਮੇਰੇ ਕੋਲ ਸ਼ਬਦ ਨਹੀਂ ਇਹਨਾਂ ਬੱਚੀਆਂ ਦਾ ਧੰਨਵਾਦ ਕਰਨ ਲਈ ਮੈਂ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਲੰਗਰ ਵੱਲੋਂ ਇਹਨਾਂ ਬੱਚੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਕੋਟਾਂ ਕੋਟ ਧੰਨਵਾਦ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਹਾਂ ਕਿ ਜਿਹਨਾਂ ਨੇ ਸਾਨੂੰ ਗਿਆਨ ਸਾਡੇ ਪਿਤਾ ਜੀ ਬਹੁਤ ਸਤਿਕਾਰਯੋਗ ਮਾਸਟਰ ਗਿਆਨ ਸਿੰਘ ਜੀ ਯਾਦ ਵਿੱਚ ਅੱਜ ਪਹਿਲਾਂ ਘਰ ਅੰਡਪਾਠ ਸਾਹਿਬ ਆਰੰਭ ਕਰਵਾਏ ਗਏ ਉਸ ਤੋਂ ਬਾਅਦ ਉਹਨਾਂ ਦੇ ਭੋਗ ਪਾਏ ਗਏ ਇੱਥੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਅੱਜ ਕੀਰਤਨ ਦਰਬਾਰ ਕਰਵਾਇਆ ਗਿਆ ਉਸ ਤੋਂ ਉਪਰੰਤ ਭੋਗ ਪਾਏ ਗਏ। ਹੁਣ ਉਹਨਾਂ ਦੀ ਯਾਦ ਦੇ ਵਿੱਚ ਹੀ ਅੱਜ ਅੱਖਾਂ ਦਾ ਫ੍ਰੀ ਜਿਹੜਾ ਮੈਡੀਕਲ ਚੈੱਕਅਪ ਕੈਂਪ ਲਗਵਾਇਆ ਜਾ ਰਿਹਾ ਹੈ
ਤਾਂ ਕਿ ਉਹ ਲੋਕ ਜਿਹੜੇ ਲੋੜਵੰਦ ਨੇ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਜਾਂ ਆਪਣਾ ਚੈੱਕਅਪ ਨਹੀਂ ਕਰਵਾ ਸਕਦੇ ਉਹਨਾਂ ਦਾ ਚੈੱਕਅਪ ਹੋ ਕੇ ਉਹਨਾਂ ਦਾ ਸਹੀ ਇਲਾਜ ਹੋ ਸਕੇ ਤਾਂ ਕਿ ਸਾਡੇ ਪਿਤਾ ਜੀ ਦੇ ਜਿਹੜੇ ਪਾਏ ਹੋਏ ਭੁਗਤਣੇ ਨੇ ਅਸੀਂ ਉਹਨਾਂ ਦੇ ਉੱਤੇ ਚੱਲ ਕੇ ਅਸੀਂ ਲੋਕ ਭਲਾਈ ਦਾ ਅਸੀਂ ਵੀ ਕੁਛ ਨਾ ਕੁਛ ਕਰ ਸਕੀਏ ਬਹੁਤ ਛੋਟਾ ਜਿਹਾ ਉਪਰਾਲਾ ਅਸੀਂ ਆਪਣੇ ਵੱਲੋਂ ਕੀਤਾ ਤਾਂ ਕਿ ਉਹਨਾਂ ਦੀ ਯਾਦ ਨੂੰ ਅਸੀਂ ਤਾਜ਼ਾ ਰੱਖ ਸਕੀਏ ਅਤੇ ਲੋਕਾਂ ਲਈ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਪ੍ਰੇਰਨਾ ਸਰੋਤ ਬਣ ਅਸੀਂ ਸਿਰਫ ਪਰਿਵਾਰ ਤਾਂ ਚਲੋ ਉਹਨਾਂ ਦੇ ਬੱਚੇ ਹਾਂ ਅਸੀਂ ਉਹਨਾਂ ਨੂੰ ਯਾਦ ਕਰਨੇ ਹਾਂ ਸਾਰਿਆਂ ਨੇ ਸਮੁੱਚਾ ਨਗਰ ਸਮੁੱਚਾ ਇਲਾਕਾ ਸਾਰੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਸੀ ਕਿੱਤੇ ਵਜੋਂ ਉਹ ਅਧਿਆਪਕ ਸੀ ਟੀਚਿੰਗ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਸੀ ਕਿ ਕੀਰਤਨ ਕਰਨਾ ਗੁਰਬਾਣੀ ਦਾ ਪਾਠ ਕਰਨਾ ਲੋਕ ਭਲਾਈ ਦੇ ਕੰਮ ਕਰਨੇ ਇਹ ਚੀਜ਼ਾਂ ਜਿਹੜੀਆਂ ਹੈ ਉਹਨਾਂ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਸੀ ਤਾਂ ਇਹਨੂੰ ਨਾਲ ਲੈ ਕੇ ਉਹ ਚੱਲਦੇ ਸੀ ਤਾਂ ਇਸ ਚੀਜ਼ ਦਾ ਜਿਹੜਾ ਪਿੰਡ ਵਾਲੇ ਵੀ ਇਲਾਕੇ ਵਾਲੇ ਵੀ ਕਾਫੀ ਉਹਨਾਂ ਦਾ ਸਤਿਕਾਰ ਕਰਦੇ ਇਸ ਗੱਲੋਂ ਰੇੜੀ ਮਹਿਸੂਸ ਕਰਦੇ ਮੈਂ ਇਸ ਬਾਰੇ ਕਹਿਣਾ ਚਾਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਸਾਡੇ ਪਿਤਾ ਜੀ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਸਾਨੂੰ ਐਜੂਕੇਸ਼ਨ ਜਿਹੜੀ ਗਵਾਈ ਹੈ ਤਾਂ ਉਹਨਾਂ ਨੇ ਮਨ 'ਚ ਇੱਛਾ ਜ਼ਰੂਰ ਹੁੰਦੀ ਹੈ ਕਿ ਲੜਕਾ ਹੋਵੇ ਇਹੋ ਜਿਹੀ ਗੱਲ ਨਹੀਂ ਹੈ ਨੈਚੁਰਲ ਹੈ ਲੜਕਾ ਲੜਕੀ ਦੋਨੋਂ ਚਾਹੀਦੇ ਨੇ ਪਰ ਫਿਰ ਵੀ ਇਸ ਚੀਜ਼ ਨੂੰ ਉਹਨਾਂ ਨੇ ਪਾਸੇ ਰੱਖ ਕੇ ਕਿ ਚਲੋ ਜੋ ਪਰਮਾਤਮਾ ਦੀ ਦੇਣ ਹੈ ਬੱਚੀਆਂ ਨੇ ਤਾਂ ਸਾਨੂੰ ਪੁੱਤਰਾਂ ਤੋਂ ਵੱਧ ਉਹਨਾਂ ਨੇ ਸੋਹਣੇ ਤਰੀਕੇ ਦੇ ਨਾਲ ਪਾਇਆ ਉਸ ਤੋਂ ਬਾਅਦ ਸਾਨੂੰ ਐਜੂਕੇਸ਼ਨ ਦਿੱਤੀ ਐਜੂਕੇਸ਼ਨ ਸਿਰਫ ਉਹਨਾਂ ਨੇ ਦਰਿਆ ਵੀ ਨਹੀਂ ਦਿੱਤੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੀ ਨਾਲ ਨਾਲ ਇਸ 'ਤੇ ਸਾਨੂੰ ਉਹਨੇ ਧਾਰਮਿਕ ਸਿੱਖਿਆ ਵੀ ਦਿੱਤੀ ਹੈ ਤਾਂ ਇਹ ਜਿਹੜੀ ਬਹੁਤ ਵੱਡੀ ਗੱਲ ਹੈ ਸਾਨੂੰ ਅੱਜ ਲੱਗਦਾ ਕਿ ਸਾਡੇ ਲਈ ਜੋ ਖਜ਼ਾਨਾ ਛੱਡ ਕੇ ਗਏ ਨੇ ਉਹ ਜਿਹੜੇ ਬਹੁਤ ਅੱਛੇ ਸੰਸਕਾਰ ਸਾਨੂੰ ਦਿੱਤੇ ਨੇ ਉਹਨਾਂ ਨੇ ਉਹ ਸਾਡੇ ਲਈ ਬਹੁਤ ਵੱਡੀ ਇੱਕ ਪ੍ਰੋਪਰਟੀ ਹੈ ਬਹੁਤ ਵੱਡਾ ਖਜ਼ਾਨਾ ਔਰ ਉਸ ਤੋਂ ਵੀ ਅੱਛੀ ਗੱਲ ਜੋ ਇਹਨਾਂ ਨੇ ਸਾਨੂੰ ਐਜੂਕੇਟ ਕੀਤਾ ਤਾਂ ਸਾਨੂੰ ਅੱਜ ਆਪਣੇ ਜਿਹੜੇ ਲਾਈਫ ਪਾਰਟਨਰ ਨੇ ਉਹ ਵਧੀਆ ਮਿਲ ਸਕੇ ਨੇ ਕਿ ਉਹਨਾਂ ਦੀ ਐਜੂਕੇਸ਼ਨ ਦੀ ਕੀ ਦੇਣ ਹੈ ਇਸ ਪੱਖੋਂ ਅਸੀਂ ਸਾਰੀਆਂ ਹੀ ਭੈਣਾਂ ਬਹੁਤ ਹੀ ਮੈਨੂੰ ਲੱਗਦਾ ਕਿ ਅਸੀਂ ਲੱਕੀ ਹਾਂ ਜਿਹੜਾ ਸਾਨੂੰ ਇੰਨੇ ਵਧੀਆ ਜੀਵਨ ਸਾਥੀ ਮਿਲੇ ਔਰ ਇਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਜੋ ਵੀ ਚੱਲ ਰਿਹਾ ਹੈ ਇਹਨਾਂ ਦੇ ਸਹਿਯੋਗ ਨਾਲ ਉੱਪਰੇ ਚੜਿਆ ਅਤੇ ਇਹ ਬਹੁਤ ਵੱਡੀ ਦੇਣ ਹੈ ਔਰ ਇਕੱਲਾ ਇਨਸਾਨ ਨਹੀਂ ਕਰ ਸਕਦਾ ਹੈ ਇਹ ਜੋ ਅੱਖਾਂ ਦੇ ਕੈਂਪ ਦਾ ਉਪਰਾਲਾ ਹੋਇਆ ਇਹ ਸਾਰੇ ਨਗਰ ਨਿਵਾਸੀਆਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਤੇ ਬਾਕੀ ਫਾਈਨੈਂਸ਼ੀਅਲੀ ਸਾਡੇ ਹਸਬੈਂਡ ਨੇ ਸਰਦਾਰ ਅਵਤਾਰ ਸਿੰਘ ਚੀਮਾ ਅਤੇ ਪ੍ਰੋਫੈਸਰ ਕਰਨਵੀਰ ਸਿੰਘ ਅਤੇ ਪ੍ਰੋਫੈਸਰ ਬਠਿੰਡਾ ਅਤੇ ਬਾਕੀ ਸਾਰਿਆਂ ਨੇ ਸਭ ਦੇ ਸਹਿਯੋਗ ਦੇ ਨਾਲ ਹੀ ਇਹ ਕੁਛ ਹੋਇਆ ਅਤੇ ਸਾਰਿਆਂ ਦਾ ਹੀ ਅਸੀਂ ਬਹੁਤ ਧੰਨਵਾਦ ਕਰਦੇ ਸੰਤਾਂ ਕੇ ਕਾਰਜ ਆਪ ਖਲੋਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਮੁਕਰਾਵਣ ਹਰ ਕੰਮ ਮੁਕਰਾਵਣ ਆਇਆ ਰਾਮ ਸੰਤਾਂ ਕੇ ਕਾਰਜ ਆਪ ਸੰਤਾਂ ਕੇ ਕਾਰਜ ਆਪ ਖਲੋਇਆ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਹਰ ਕੰਮ ਮੁਕਰਾ ਹਰ ਕੰਮ ਮੁਕਰਾਵਣ ਆਇਆ ਰਾਮ ਸੰਤਾਂ ਕੇ ਕਾਰ ਸੰਤਾਂ ਕੇ ਕਾਰਜ ਆਪ ਖਲੋਇਆ ਸੰਤਾਂ ਕੇ ਕਾਰਜ